ਸੁਸ਼ਮਾ ਸਵਰਾਜ ਜੀ ਦਾ ਇਸ ਦੁਨੀਆਂ ਤੋਂ ਚਲੇ ਜਾਣਾ ਇੱਕ ਨਾਂ ਪੂਰਾ ਹੋਣ ਵਾਲਾ ਘੱਟ ਹੈ। ਹਜ਼ਾਰਾਂ ਦੀ ਗਿਣਤੀ 'ਚ ਮੁੰਡੇ ਕੁੜੀਆਂ ਜਿਹੜੇ ਵਿਦੇਸ਼ਾਂ ਦੇ ਵਿੱਚ ਫਸ ਜਾਂਦੇ ਸੀ, ਉਹਨਾਂ ਦੀ ਮਦਦ ਨਾਲ ਹੀ ਇੱਥੇ ਲੈ ਕੇ ਆਇਆ। ਜਦੋਂ ਇਰਾਕ ਦੇ ਵਿੱਚ ਮੁੰਡੇ ਫਸ ਗਏ ਸੀਗੇ ਜਿਹੜੇ 40 ਜਿਹੜੇ ਲੱਭੇ ਨਹੀਂ ਸੀ, ਬਾਅਦ 'ਚ ਉਹਨਾਂ ਦੀਆਂ ਲਾਸ਼ਾਂ ਆਈਆਂ। ਉਹ ਮੈਨੂੰ ਹਰ ਰੋਜ਼ ਪਾਰਲੀਮੈਂਟ 'ਚ ਕਹਿੰਦੇ ਸੀ, ਭਗਵੰਤ ਤੇਰੇ ਮੂੰਹ 'ਚ ਘਿਓ ਸ਼ੱਕਰ, ਜੇ ਕਿਤੇ ਉਹ ਲੱਭ ਜਾਣ ਕਿੱਥੋਂ ਆਪਾਂ ਉਹਨਾਂ ਨੂੰ ਲੈ ਕੇ ਆਈਏ। ਉਹਨਾਂ ਨੇ ਟਵਿੱਟਰ ਰਾਹੀਂ, ਫੇਸਬੁੱਕ ਰਾਹੀਂ, ਵਿਦੇਸ਼ ਮੰਤਰਾਲਾ ਲੋਕਾਂ ਦੇ ਘਰ ਘਰ ਪਹੁੰਚਾ ਤਾ। ਦੋਸਤੋ, ਸੁਸ਼ਮਾ ਸਵਰਾਜ ਜੀ ਦਾ ਇਸ ਦੁਨੀਆਂ ਤੋਂ ਚਲੇ ਜਾਣਾ ਇੱਕ ਨਾਂ ਪੂਰਾ ਹੋਣ ਵਾਲਾ ਘੱਟ ਹੈ। ਇੱਕ ਐਸੀ ਲੀਡਰ ਜਿਹੜੀ ਦੇਸ਼ ਦੇ ਨਾਗਰਿਕਾਂ ਨੂੰ ਪਿਆਰ ਕਰਦੀ ਸੀ, ਜਿਹੜੀ ਬਹੁਤ ਵਧੀਆ ਬੁਲਾਰੀ ਸੀ, ਜਿਹੜੀ ਇਮਾਨਦਾਰ ਸੀ ਔਰ ਲੋਕਾਂ ਦੇ ਜਿਹੜੇ ਕੰਮ ਕਰਨ ਨੂੰ ਪਹਿਲ ਦਿੰਦੀ ਸੀ, ਮੇਰਾ ਉਹਨਾਂ ਨਾਲ ਕਾਫੀ ਕੰਮ ਕਰਨ ਦਾ ਤਜਰਬਾ ਰਿਹਾ। ਹਜ਼ਾਰਾਂ ਦੀ ਗਿਣਤੀ 'ਚ ਮੁੰਡੇ ਕੁੜੀਆਂ ਜਿਹੜੇ ਵਿਦੇਸ਼ਾਂ ਦੇ ਵਿੱਚ ਫਸ ਜਾਂਦੇ ਸੀ, ਉਹਨਾਂ ਦੀ ਮਦਦ ਨਾਲ ਹੀ ਇੱਥੇ ਲੈ ਕੇ ਆਇਆ। ਉਹ ਅੰਬਾਲੇ ਦੇ ਪੰਜਾਬੀ ਪਰਿਵਾਰ 'ਚ ਹੋਣ ਕਰਕੇ ਅਸੀਂ ਪੰਜਾਬੀ 'ਚ ਗੱਲ ਕਰਦੇ ਸੀ। ਉਹਨਾਂ ਨੇ ਆਪਣੇ ਅਫਸਰਾਂ ਨੂੰ ਕਿਹਾ ਹੋਇਆ ਸੀ ਕਿ ਭਗਵੰਤ ਮਾਨ ਦਾ ਕੋਈ ਵੀ ਕੰਮ ਰੁਕਣਾ ਨਹੀਂ ਚਾਹੀਦਾ। ਅਤੇ ਹਜ਼ਾਰਾਂ ਦੀ ਗਿਣਤੀ 'ਚ ਮੁੰਡੇ ਕੁੜੀਆਂ ਜਿਹੜੇ ਵਿਦੇਸ਼ਾਂ 'ਚੋਂ ਆ ਰਹੇ ਨੇ, ਉਹਨਾਂ ਦੀਆਂ ਦੁਆਵਾਂ ਵੀ ਸੁਸ਼ਮਾ ਜੀ ਨੂੰ ਬਚਾ ਨਹੀਂ ਸਕੀਆਂ। ਔਰ ਮੈਂ ਉਹਨਾਂ ਦੇ ਹੁਣੀ ਸੰਸਕਾਰ ਤੋਂ ਆਇਆ। ਭਾਰੀ ਹਜ਼ੂਮ ਉੱਥੇ ਇਸ ਗੱਲ ਦਾ ਸਬੂਤ ਸੀ ਕਿ ਉਹ ਕਿੰਨਾ ਪਿਆਰ ਕਰਦੇ ਸੀ ਉਹਨਾਂ ਨੂੰ। ਸੋ ਉਹਨਾਂ ਦਾ ਬੇਵਕਤ ਚਲੇ ਜਾਣਾ ਬਹੁਤ ਅਫਸੋਸ ਦੀ ਗੱਲ ਹੈ। ਮੈਂ ਖਾਸ ਤੌਰ 'ਤੇ ਨਿੱਜੀ ਤੌਰ 'ਤੇ ਮੈਨੂੰ ਤਾਂ ਇਸ ਗੱਲ ਦਾ, ਜਦੋਂ ਇਰਾਕ ਦੇ ਵਿੱਚ ਮੁੰਡੇ ਫਸ ਗਏ ਸੀਗੇ ਜਿਹੜੇ 40 ਜਿਹੜੇ ਲੱਭੇ ਨਹੀਂ ਸੀ, ਬਾਅਦ 'ਚ ਉਹਨਾਂ ਦੀਆਂ ਲਾਸ਼ਾਂ ਆਈਆਂ। ਉਹ ਮੈਨੂੰ ਹਰ ਰੋਜ਼ ਪਾਰਲੀਮੈਂਟ 'ਚ ਕਹਿੰਦੇ ਸੀ, ਭਗਵੰਤ ਤੇਰੇ ਮੂੰਹ 'ਚ ਘਿਓ ਸ਼ੱਕਰ, ਜੇ ਕਿਤੇ ਉਹ ਲੱਭ ਜਾਣ ਕਿੱਥੋਂ ਆਪਾਂ ਉਹਨਾਂ ਨੂੰ ਲੈ ਕੇ ਆਈਏ। ਬਹੁਤ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਕਿ ਕਿਤੋਂ ਲੱਭ ਜਾਣ ਕਿਸੇ ਹੋਰ ਮੁਲਕਾਂ ਦੇ ਰਾਜਦੂਤਾਂ ਨਾਲ ਜਾਂ ਰਾਸ਼ਟਰਪਤੀ ਨਾਲ ਵੀ ਗੱਲ ਕੀਤੀ, ਪਰ ਕਾਮਯਾਬ ਨਹੀਂ ਹੋ ਸਕੇ। ਪਰ ਫਿਰ ਵੀ ਉਹਨਾਂ ਨੇ ਜੋ ਕੰਮ ਕੀਤਾ ਵਿਦੇਸ਼ ਮੰਤਰਾਲੇ 'ਚ, ਪਹਿਲਾਂ ਵਿਦੇਸ਼ ਮੰਤਰਾਲਾ ਲੋਕਾਂ ਤੋਂ ਦੂਰ ਹੁੰਦਾ ਸੀ, ਪਤਾ ਨਹੀਂ ਲੱਗਦਾ ਸੀ ਵੀ ਵਿਦੇਸ਼ ਮੰਤਰਾਲੇ ਕੋਈ ਪਹੁੰਚ ਸਕਦਾ। ਉਹਨਾਂ ਨੇ ਟਵਿੱਟਰ ਰਾਹੀਂ, ਫੇਸਬੁੱਕ ਰਾਹੀਂ ਵਿਦੇਸ਼ ਮੰਤਰਾਲਾ ਲੋਕਾਂ ਦੇ ਘਰ ਘਰ ਪਹੁੰਚਾਤਾ। ਜੇ ਕੋਈ ਬਾਹਰਲੇ ਮੁਲਕ 'ਚ ਫਸ ਜਾਂਦਾ, ਉੱਥੋਂ ਉਹਨਾਂ ਨੂੰ ਟਵੀਟ ਕਰਦਾ ਤਾਂ ਉਹ ਵਾਪਸ ਟਵੀਟ ਕਰਕੇ ਉਹਦੀ ਸਾਰ ਲੈਂਦੇ ਅਤੇ ਜਵਾਬ ਦਿੰਦੇ ਉਹਨੂੰ ਕਿ ਤੇਰਾ ਜਿਹੜਾ ਅੰਬੈਸੀ ਦੇ ਵਿੱਚ ਕੇਸ ਪਹੁੰਚ ਗਿਆ। ਸੋ ਇਸ ਤਰ੍ਹਾਂ ਦੇ ਲੀਡਰ ਜਿਹੜੇ ਇੰਨਾ ਜ਼ਿਆਦਾ ਲੋਕਾਂ ਨਾਲ ਜੁੜੇ ਹੋਣ ਬਹੁਤ ਘੱਟ ਹੁੰਦੇ ਨੇ। ਸੋ ਸੁਸ਼ਮਾ ਜੀ ਨੂੰ ਮੈਂ ਸ਼ਰਧਾਂਜਲੀ ਭੇਂਟ ਕਰਦਾ, ਪਰਮਾਤਮਾ ਅੱਗੇ ਅਰਦਾਸ ਕਰਦਾ, ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ।